लो जी करो दर्शन। और डरी कहते जाना वे बहुत ही सोहनी दरगाह है जी, बहुत नवा निर्माण हो रहा है। इदा लग रहा कि असं हुशियारपुर से ही नहीं किसी होर बाहरली कंट्री जा गए हैं। जो इतने का थीम चल रहा है तो जो सानू कोई मिलता है उन्होंने तो पुछते हैं, तो एक बार लोकेशन चैक करो तुसी ते दर्शन करो। स्वागत है। अज असी आए हैं पिंड कपाट, इत्थे एक दरगाह आ जिहड़े असी सुनिया कि 300-400 साल पुरानी दरगाह आ। ठीक है जी, असी कैप्चर करन आए सीगे ते दर्शन करदे आ ते तुहानू करवांदे आ। कंस्ट्रक्शन दा जिहड़ा काम है वह काफ़ी चल रहा है। ठीक है जी, फिर भी चलो आयो तुहानू लैके चलिए दर्शन कराने आ। लो जी अभी सर दिखाओ, सोहणे तरीके दे नाल मजा आ गया, दर्शन असी करते। ठीक है जी, बहुत आनंद आ रहा है, बहुत वधिया लगा। हुण चलते हैं अंदर तो इस दरगाह बारे पुछते हैं जो सानू कोई मिलता वा। अजे बन रही है, जो पूरी बनूगी जो मौका मिलिया सानू बाबा जी ने बुलाया तो असी जरूर आवांगे। दरगाह बारे दसो। इन्हों तकरीबन 40-45 साल हो गए हुण जदों दे मतलब इत्थे जार होए आ। ठीक है जी, जानकारी हुई सी गल तो पिछे तो बहुत पुरानी है। ठीक है, ये बाबे है ना, ਇਹਦੇ ਬਾਬੇ ਹੋਏ ਨਹੀਂ ਸੀ ਅਜੇ। ਅੱਛਾ ਜੀ, ਬਾਬੇ ਦੀ 4 ਭੈਣਾਂ ਸੀ। ਠੀਕ ਹੈ, 4 ਭੈਣਾਂ ਸੀ ਤਾਂ ਇਹਨਾਂ ਦੀ ਮਾਤਾ ਬੱਕਰੀਆਂ ਚਾਰ ਦਿੰਦੀ ਸੀ। ਠੀਕ ਹੈ, ਠੀਕ ਬੱਕਰੀਆਂ ਚਾਰ ਜਾਂਦੀ, ਇੱਕ ਵਾਰੀ ਇਧਰ ਕਿਤੇ ਫਿਰਦੀ ਸੀ ਤਾਂ ਉਹਨੂੰ ਕਿਤੇ ਨਾ ਦਿਮਾਗ 'ਚ ਗੱਲ ਆ ਗਈ ਤਾਂ ਉਹ ਰੋਣ ਲੱਗ ਪਈ। ਠੀਕ ਹੈ, ਰੋਣ ਲੱਗ ਪਈ ਤਾਂ ਅਤੇ ਕੁੜੀਆਂ ਤਾਂ ਮੇਰੀਆਂ ਹੈਗੀਆਂ, ਇਹ ਆਪਾਂ ਆਪਣੇ ਘਰ ਚੱਲਣੀਆਂ, ਫਿਰ ਮੇਰੇ ਕੋਲ ਕੀ ਰਹਿ ਗਿਆ। ਅੱਛਾ ਜੀ, ਫਿਰ ਮੇਰੇ ਕੋਲ ਕੀ ਰਹਿ ਗਿਆ, ਮੈਂ ਤਾਂ ਰਹਿ ਗਈ ਨਾ ਇਕੱਲੀ। ਹਾਂਜੀ ਹਾਂਜੀ, ਉਹ ਇੰਨੀ ਦੇਰ ਦੇ ਪਤਾ ਨਹੀਂ ਉਹਨਾਂ ਦੀ ਕੀ ਮੌਜ ਹੋਈ ਅਤੇ ਫਿਰ ਚਿੱਟੇ ਕੱਪੜਿਆਂ 'ਚ ਆਏ। ਫਿਰ ਠੀਕ ਹੈ ਜੀ, ਚਿੱਟੇ ਕੱਪੜਿਆਂ ਜਾਣ ਕੇ ਤਾਂ ਫਿਰ ਇਹਨਾਂ ਨੇ ਪੁੱਛਿਆ ਵੀ ਮਾਤਾ ਕਦੋਂ ਰੋਣੀ ਹੈ। ਕਹਿੰਦੀ ਵੀ ਮੈਂ ਰੋਣੀ ਤਾਂ ਆਇਆ ਅਤੇ 4 ਤਾਂ ਮੇਰੀਆਂ ਕੁੜੀਆਂ। ਠੀਕ ਹੈ ਜੀ, ਤਾਂ ਇਹ ਤਾਂ ਆਪਾਂ ਆਪਣੇ ਘਰ ਹੀ ਚੱਲਣੀ ਆ, ਤਾਂ ਮੇਰੇ ਕੋਲ ਕੀ ਰਹਿ ਗਿਆ। ਠੀਕ ਹੈ ਜੀ, ਮੈਂ ਤਾਂ ਖਾਲੀ ਆ ਗਈ। ਉਹ ਕਹਿੰਦੇ ਵੀ ਚੰਗਾ ਫਿਰ ਜੇ ਗੱਲ ਹੈ ਤਾਂ ਤੈਨੂੰ ਪੁੱਤ ਮਿਲ ਜਾਊਗਾ। ਠੀਕ ਹੈ ਜੀ, ਮਿਲ ਜਾਊਗਾ ਪਰ ਸਾਡਾ ਸੇਵਾਦਾਰ ਹੋਊਗਾ। ਠੀਕ ਹੈ ਜੀ, ਇਹ ਸਾਡਾ ਸੇਵਾਦਾਰ ਹੋਊਗਾ। ਕਹਿੰਦੇ ਠੀਕ ਆ, ਫਿਰ ਕੋਈ ਟਾਈਮ ਪਾ ਕੇ ਇਹ ਫਿਰ ਬਾਬਾ ਜੀ ਹੋਏ ਫਿਰ। ਠੀਕ ਹੈ, ਤਾਂ ਇੱਕ ਹੈ ਵੀ ਇਕੱਲੇ ਇਕੱਲੇ ਹੀ ਆ। ਠੀਕ ਹੈ ਜੀ, ਉਸ ਤੋਂ ਬਾਅਦ ਚਲੋ ਭਰਾ ਰਖਾ ਵੀ ਤਾਂ ਛੋਟੇ ਹੁੰਦਿਆਂ ਦਾ ਇਹ ਬਾਪ ਪੂਰਾ ਹੋ ਗਿਆ। ਠੀਕ ਹੈ ਜੀ, ਫਿਰ ਇਹਨੇ ਪੁਲਿਸ ਦੀ ਨੌਕਰੀ ਕੀਤੀ। ਠੀਕ ਹੈ ਜੀ, 1.5-2 ਸਾਲ ਇਹਨੇ ਪੁਲਿਸ ਦੀ ਨੌਕਰੀ ਵੀ ਕੀਤੀ ਹੈ। ਠੀਕ ਹੈ ਜੀ, ਬਸ ਵੀ ਇਹਨਾਂ ਨੇ ਆਪਣੇ ਜ਼ੋਰ ਪਾ ਕੇ ਇਹਨੇ ਨੌਕਰੀ ਕਿਸਾ ਛੁਡਾ ਦਿੱਤੀ ਅਤੇ ਹੁਣ ਕਿਤੇ ਪਤਾ ਨਹੀਂ, ਤਾਂ ਤੁਸੀਂ ਤਾਂ ਕੁਛ ਵੀ ਨਹੀਂ, ਤੁਹਾਡੇ ਨਾਲ ਵੀ ਜਵਾਨ ਹੈ। ਅੱਛਾ ਜੀ,
ਉਦਾਂ ਵੀ ਠੀਕ ਠਾਕ ਇਹਨੇ ਸਭ ਸਿੱਧੀ ਡਾਇਰੈਕਟ ਕਰ ਲਿਆ ਮਾਲਕਾਂ ਨਾਲ ਠੀਕ ਹੈ ਜੀ ਜਿਹੜੇ ਹੁਣ ਬੈਠੇ ਆ ਜਿਹੜੇ ਹੁਣ ਬੈਠੇ ਆ ਜਿਹੜੇ ਬੈਠੇ ਆ ਤਾਂ ਤੁਸੀਂ ਉਹਨੇ ਜੱਜਮੈਂਟ ਦੇਖੋ ਉਹਨਾਂ ਕੋਲ ਬਾਬੇ ਆ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਮਤਲਬ ਇੱਦਾਂ ਦਾ ਉਹਨਾਂ ਕੋਲ ਪਹਿਰਾਵਾ ਨਹੀਂ ਕੋਈ ਵੀ ਠੀਕ ਹੈ ਜੀ ਤਾਂ ਇਹ ਵੀ ਕੋਈ ਮਤਲਬ ਇੱਦਾਂ ਦੇ ਹੋ ਗਿਆ ਠੀਕ ਹੈ ਜੀ ਕਈ ਵਾਰੀ ਸੰਗਤ ਆਉਂਦੀ ਹੁੰਦੀ ਹੈ ਅਤੇ ਇੱਥੇ ਖੇਡਦੇ ਹੁੰਦੇ ਆ ਠੀਕ ਹੈ ਖੇਡਦੇ ਜਗ੍ਹਾ ਨੂੰ ਬਾਬਿਆਂ ਨੂੰ ਮਿਲਣਾ ਸੀ ਉਹ ਦੇਖੋ ਤਾਂ ਬਾਬੇ ਖੇਡਦੇ ਤਾਂ ਦੇਖੀ ਜਾਣਾ ਵੀ ਬਾਬਾ ਕਿਹੜਾ ਹੋਊਗਾ ਵਿੱਚ ਅੱਛਾ ਠੀਕ ਹੈ ਉਹੀ ਜਾ ਦੱਸਣਾ ਪੈਂਦਾ ਵੀ ਹਾਂ ਹੀ ਉਹ ਕਿਉਂ ਨੈਟ ਸੂਟ ਪਾਇਆ ਹੁਣ ਜਾਂ ਫਿਰ ਜਿੱਦਾਂ ਵੀ ਉੱਦਾਂ ਹੀ ਤੁਰ ਪੈਣਾ ਇਹਨੇ ਵੀ ਕੋਈ ਮਾਲਾ ਪਾਈਆਂ ਜਾਂ ਕੁਛ ਅਫਗਾਨੀਆਂ ਪਾਈਆਂ ਜਾਂ ਕੁਛ ਕੀਤਾ ਨਾ ਸਾਨੂੰ ਸਾਡੀ ਇੱਦਾਂ ਹੀ ਜਿਹੜੇ ਹੁਣ ਗੱਦੀ ਦੇ ਬੈਠੇ ਉਹਨਾਂ ਦੀ ਗੱਲ ਕਰਦੇ ਵੀ ਉਹਨਾਂ ਦੀ ਆਉਂਦੇ ਕਦੋਂ ਉਹ ਉਹਨਾਂ ਦੇ ਉਹਨਾਂ ਨੇ ਜ਼ਿਆਦਾ ਮੇਨ ਤਾਂ ਐਤਵਾਰ ਤਾਂ ਵੀਰਵਾਰ ਹੀ ਮਿਲਣਾ ਹੁੰਦਾ ਅੱਛਾ ਐਤਵਾਰ ਜਾਂ ਵੀਰਵਾਰ ਵਜਿਆਂ ਵਜਿਆਂ ਤਾਂ ਕੋਈ ਫੱਕਰਾਂ ਦੀ ਮੌਜ ਹੁੰਦੀ ਫੱਕਰਾਂ ਦੀ ਮੌਜ ਹੁੰਦੀ ਹੈ ਤੁਸੀਂ ਆਓ ਜੇ ਤੁਹਾਡੀ ਕਿਸਮਤ ਹੋਊਗਾ ਤੁਹਾਨੂੰ ਜ਼ਰੂਰ ਦਰਸ਼ਨ ਹੋਊਗਾ ਇੱਕ ਮਿੰਟ ਮਸਲਾ ਸਾਨੂੰ ਉਹ ਨਾ ਥੋੜ੍ਹੀ ਬੱਸ ਨੂੰ ਅਸੀਂ ਡੀਕਣਾ ਬੱਸ ਨੂੰ ਸਾਨੂੰ ਥੋੜ੍ਹੇ ਡੀਕਣਾ ਸਹੀ ਗੱਲ ਹੈ ਜੀ ਸਹੀ ਗੱਲ ਨਹੀਂ ਉਹਨਾਂ ਨੂੰ ਕੀ ਉਹਨਾਂ ਦਾ ਮਸਲਾ ਕੋਈ ਨਹੀਂ ਅੱਛਾ ਲੋੜ ਸਾਨੂੰ ਆ ਨਹੀਂ ਤਾਂ ਇਹ ਤਾਂ ਕਿਤੇ ਹੁਣ ਮੇਲਾ ਆਪਣੇ ਅਗਲੇ ਮਹੀਨੇ ਹਾਂਜੀ ਕਿੰਨੀ ਤਰੀਕ ਨੂੰ ਮੇਲਾ ਹੁੰਦਾ ਆਪਣੇ 15, 16, 17 ਠੀਕ ਹੈ ਜੀ ਆ ਜੂਨ ਦੀ ਠੀਕ ਹੈ ਮੇਲਾ ਆਣ ਕੇ ਦੇਖੋ ਤੁਸੀਂ ਦੁਨੀਆਂ ਜਿਹੜੇ ਫਿਰਦੇ ਹੋਗੇ ਨਾ ਜੇ ਇਕੱਲੇ ਇਕੱਲੇ ਹੋ ਗਏ ਤੁਹਾਨੂੰ ਲੱਭਣਾ ਔਖਾ ਹੋ ਜਾਊਗਾ ਅੱਛਾ ਇੰਨਾ ਰਸ਼ ਹੁੰਦਾ ਇੱਥੇ ਇੰਨਾ ਰਸ਼ ਹੁੰਦਾ ਠੀਕ ਹੈ ਜੀ ਠੀਕ ਹੈ ਤੁਹਾਨੂੂੰ ਲੱਭਣਾ ਔਖਾ ਹੋ ਜਾਊ ਹੁਣ ਤੁਸੀਂ ਦੱਸੋ ਜਰਾ ਆਪਣੀ ਇਸੀ ਆਵਾਜ਼ 'ਚ ਦੱਸੋ ਜਗ੍ਹਾ ਦਾ ਨਾਮ ਕਿਹੜੀ ਜਗ੍ਹਾ 'ਚ ਪੈਂਦੀ ਹੈ ਮੈਨੂੰ ਦੱਸੋ ਜਰਾ ਇਹ ਪਿੰਡ ਕਪਾਟ ਹੈ ਠੀਕ ਹੈ ਜੀ ਅਤੇ ਧੰਨ ਧੰਨ ਬਾਬਾ ਮੁਕਾਮ ਸ਼ਾਹ ਵਾਲੀ ਠੀਕ ਹੈ ਜੀ ਹੁਸ਼ਿਆਰਪੁਰ 'ਚ ਹੀ ਪੈਂਦੀ ਹੈ ਇਹ ਜਗ੍ਹਾ ਹਾਂ ਹੁਸ਼ਿਆਰਪੁਰ 'ਚ ਅਤੇ ਕਿੰਨੇ ਕੁ ਸਾਲ ਹੋ ਗਏ ਆ ਇਹਨਾਂ ਨੂੰ ਤਕਰੀਬਨ 45 ਸਾਲ ਹੋ ਗਏ ਹੋਣੇ ਆ ਜਿਹੜੇ ਹੁਣ ਬਾਬਾ ਜੀ ਤੇ ਜਗ੍ਹਾ ਤਾਂ ਬਹੁਤ ਪੁਰਾਣੀ ਹੈ ਮੇਰੇ ਹਿਸਾਬ ਨਾਲ ਬਹੁਤ ਪੁਰਾਣੀ ਹੈ ਕਿ 300 ਸਾਲ ਵੀ ਘੱਟ ਕਹਿ ਸਕਦੇ ਜਿਸ ਤੋਂ ਵੀ ਜ਼ਿਆਦਾ ਪੁਰਾਣੀ ਹੈ ਬਹੁਤ ਪੁਰਾਣੀ ਜਗ੍ਹਾ ਮੁਸਲਮਾਨਾਂ ਦੀ ਪੁਰਾਣੀ ਜਗ੍ਹਾ ਹੈ ਕਬਰਾਂ ਹੈ ਨਾ ਹਾਂਜੀ ਜੀ ਕਬਰਾਂ ਇਹ ਬਹੁਤ ਪੁਰਾਣੀਆਂ ਹੈ ਨਾ ਇਹ ਪੁਰਾਣੀਆਂ ਹੈ ਠੀਕ ਹੈ ਜੀ ਠੀਕ ਹੈ ਇਹਦੇ ਵੀ ਤੁਹਾਨੂੰ ਦੱਸਿਆ ਕਿਸੇ ਨੇ ਕਿ ਬਾਹਰੋਂ ਹੀ ਆਏ ਸੀਗੇ ਕੋਈ ਬਾਹਰ ਮੁਸਲਮਾਨ ਸੀ ਨਾ ਹਾਂਜੀ 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 ਜਿੰਨਾ ਕੁ ਸਾਨੂੰ ਪਤਾ ਨਾ ਜਿੰਨਾ ਕੁ ਸੁਣਿਆ ਹਾਂਜੀ ਹਾਂਜੀ ਇੰਨਾ ਕਿ ਤਾਂ ਕਿਤੇ ਤੁਸੀਂ ਉਹਨਾਂ ਦੇ ਦਰਸ਼ਨ ਕਰੋਗੇ ਨਾ ਠੀਕ ਹੈ ਜੀ ਤੁਹਾਡਾ ਮਨ ਭਾਵੇਂ ਜਿੰਨਾ ਮਰਜ਼ੀ ਤਾਬਲਾ ਜਾਂ ਇੱਦਾਂ ਦਾ ਹੋਇਆ ਹੋਊਗਾ ਤੁਸੀਂ ਉਹਨਾਂ ਨੂੰ ਦੇਖ ਕੇ ਤੁਹਾਡੇ ਮਨ ਨੂੰ ਸ਼ਾਂਤੀ ਆ ਜਾਣੀ ਸ਼ਾਂਤੀ ਉਹਨਾਂ ਦੀ ਗੱਲ ਹੀ ਇੱਦਾਂ ਦੀ ਹੈ ਠੀਕ ਹੈ ਜੀ ਬਾਬਾ ਜੀ ਹਾਂ ਚਲੋ ਸਾਡੀ ਕਿਸਮਤ 'ਚ ਹੋਇਆ ਤਾਂ ਜ਼ਰੂਰ ਦਰਸ਼ਨ ਕਰਾਂਗੇ ਤੁਸੀਂ ਸਾਨੂੰ ਦੱਸਤਾ ਹੈ ਕਿ ਕਦੋਂ ਭੰਡਾਰਾ ਆਇਆ ਜਦੋਂ ਸਾਨੂੰ ਬੁਲਾਇਆ ਗਿਆ ਤਾਂ ਆਪਾਂ ਜ਼ਰੂਰ ਆਵਾਂਗੇ ਹਾਂਜੀ ਠੀਕ ਹੈ ਜੀ ਮੇਲੇ ਹੁੰਦੇ ਦੋ ਇੱਥੇ ਤਾਂ ਦੋਨੇ ਵੱਧ ਤੋਂ ਵੱਧ ਹੁੰਦੇ ਆ ਇੱਕ 2 ਦਿਨ ਦਾ ਮੇਲਾ ਹੁੰਦਾ ਕਿ 3 ਦਿਨ ਦਾ ਹੁੰਦਾ ਜਿਹੜਾ ਹੁਣ 3 ਦਿਨ ਦਾ ਹੁੰਦਾ ਹੁਣ 3 ਦਿਨ ਨਾਲ ਆਪਣਾ ਹਾਂ 3 ਦਿਨ ਦਾ ਹੋਣਾ ਠੀਕ ਹੈ 15, 16, 17 ਜੂਨ ਵੀਰਵਾਰ ਸੀਗਾ ਕੱਲ੍ਹ ਆਏ ਹੋਣੇ ਬਾਬਾ ਜੀ ਕੱਲ੍ਹ ਆਏ ਹੋਣੇ ਬਾਬਾ ਜੀ ਆਹੋ ਐਤਵਾਰ ਤੇ ਵੀਰਵਾਰ ਆਉਂਦੇ ਆ ਆ ਤਾਂ ਉਦਾਂ ਵੀ ਜਦ ਨਾਲ ਹੀ ਘਰ ਆ ਤਾਂ ਅੱਛਾ ਠੀਕ ਹੈ ਠੀਕ ਹੈ ਠੀਕ ਪਰ ਉਹਨਾਂ ਦੀ ਮੌਜ ਦੀ ਗੱਲ ਉਹਨਾਂ ਦਾ ਆਪਣਾ ਹੋ ਜਾਂ ਫਿਰ ਕੋਈ ਸੰਗਤ ਆਈ ਹੋਵੇ ਜ਼ਰੂਰੀ ਮਿਲਣ ਵਾਲੀ ਜੇ ਫੋਨ ਕੀਤਾ ਜੇ ਤਾਂ ਫਿਰ ਭਾਵਾਂ ਕਿਤੇ ਆ ਜਾਣ ਇਹ ਤਾਂ ਉਦਾਂ ਫਿਰ ਘੱਟ ਆਉਂਦੇ ਆ ਠੀਕ ਹੈ ਗੱਦੀ ਬਾਰੇ ਦੱਸਿਓ ਬਾਬਾ ਜੀ ਜਿਹੜੀ ਇਹ ਗੱਦੀ ਆ ਉਹ ਕਦੋਂ ਦੀ ਬਣੀ ਹੋਈ ਹੈ ਕਿੰਨੀ ਪੁਰਾਣੀ ਆ ਇਹ ਤਾਂ ਹੁਣ ਬਣਾਈ ਹੈ ਜਿਹੜੀ ਇਹ ਗੱਦੀ ਹੈ ਜਿਹਦੇ ਅੰਦਰ ਬਕਾਇਦਾ ਏਸੀ ਉਸੀ ਸਾਰਾ ਕੁਝ ਲੱਗਾ ਹੋਇਆ ਹਾਂ ਇਹ ਤਾਂ ਹੁਣ ਬਣਾਈ ਹੈ ਠੀਕ ਹੈ ਹੁਣੀ ਬਣਾਈ ਹੈ ਇਹਦੀ ਕੀ ਮਤਲਬ ਆ ਹਾਂਜੀ ਇਹਦਾ ਮਤਲਬ ਸਮਝਾਈਏ ਮੈਨੂੰ ਇਹਦਾ ਮਤਲਬ ਆ ਜਿਹੜੀ ਕੁੱਲੀ ਇੱਥੇ ਪਾਈ ਹੈ ਪਰ ਆਮ ਨੂੰ ਨਹੀਂ ਪਤਾ ਹਾਂ ਉਹੀ ਹਾਂਜੀ 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 ਆਮ ਨੂੰ ਇਸ ਗੱਲ ਦਾ ਪਤਾ ਨਹੀਂ ਵੀ ਕੁੱਲੀ ਕਿਉਂ ਪਾਈ ਹੈ ਅੱਛਾ ਅਤੇ ਅੱਗੇ ਪਿੱਛੇ ਹੀ ਪੈਸਾ ਦੀ ਹਾਂਜੀ 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 ਪਰ ਇਹਨੂੰ ਸਮਝ ਤਾਂ ਕੋਈ ਆ ਠੀਕ ਹੈ ਜੀ ਕਦੇ ਸੁਣਿਆ ਕੁੱਲੀ ਪਾਉਣੀ ਅਸੀਂ ਰਾਹ ਵਿੱਚ ਤੇਰੇ ਅਤੇ ਆਉਂਦਾ ਜਾਂਦਾ ਤੱਕਦਾ ਰਹੀ ਤੱਕਦਾ ਰਹੀ ਹਾਂਜੀ ਹੈਗਾ ਹੈਗਾ ਜੀ ਨਹੀਂ ਹਾਂਜੀ ਹਾਂਜੀ ਉਹ ਰਸਤੇ ਵਿੱਚ ਕੁੱਲੀ ਤਾਂ ਪਾਈ ਹੋ ਕਿ ਉਹ ਅੰਦਰੋਂ ਬਾਹਰ ਨਿਕਲਦਾ ਨਿਕਲਦਾ ਜਿੱਦਾਂ ਵੀ ਹਰ ਵੇਲੇ ਮਤਲਬ ਵੀ ਇੱਕ ਦੂਜੇ ਨੂੰ ਦੇਖਦੇ ਰਹੋਗੇ ਠੀਕ ਹੈ ਜੀ ਨਹੀਂ ਪਤਾ ਇਹ ਮਤਲਬ ਹੈ ਇਹਦਾ ਇਹ ਮਤਲਬ ਹੈ ਠੀਕ ਹੈ ਜੀ ਅਤੇ ਮੇਰੇ ਖਿਆਲ ਜਿਹੜੇ ਬਾਬਾ ਜੀ ਹੋਣਾ ਉੱਥੇ ਹੀ ਬੈਠਦੇ ਹੋਣੇ ਉੱਥੇ ਬੈਠਦੇ ਇੱਥੇ ਉੱਥੇ ਹੀ ਬੈਠਦੇ ਆਪਣੀ ਮਰਜ਼ੀ ਨਾਲ ਬੈਠਦੇ ਆ ਅੱਛਾ ਆਪਣੀ ਮਰਜ਼ੀ ਨਾਲ ਹਾਂ ਪਰ ਉਹ ਐਂਡ 'ਤੇ ਮਤਲਬ ਜਵਾਬ ਦਾ ਪਤਾ ਕੀ ਹੋਣਾ ਜਦੋਂ ਕਿਤੇ ਇਹਨਾਂ ਨੇ ਚੋਲਾ ਛੱਡਣਾ ਇਹਨਾਂ ਦੀ ਜਿਹੜੀ ਉੱਥੇ ਬਣਨੀ ਹੈ ਹਾਂ ਜੀ ਠੀਕ ਹੈ ਜੀ ਠੀਕ ਹੈ ਐਂਡ ਦਾ ਜਵਾਬ ਇਹੀ ਹੋ ਇਹੀ ਹੈ ਜੀ ਇਹੀ ਹੈ ਮਤਲਬ ਤਾਂ ਇਹੀ ਹੈ ਹਾਂ ਮਤਲਬ ਇਹੀ ਨਿਕਲਦਾ ਹੈ ਸਹੀ ਗੱਲ ਹੈ ਜੀ ਤੁਹਾਡੀ ਕਿਉਂ ਦੱਸਦੇ ਤਾਂ ਹੈ ਨਹੀਂ ਪਰ ਸਾਡਾ ਵੀ ਦਿਮਾਗ ਕੰਮ ਕਰਦਾ ਨਹੀਂ ਇਹ ਆਹ ਗੱਲ ਆ ਆਹੀ ਹੈ ਜੀ ਆਹੀ ਹੈ ਠੀਕ ਹੈ ਜੀ ਠੀਕ ਹੈ ਇਹ ਗੋਲ ਗੁੱਲੀ ਤਾਂ ਬਣੀ ਹੈ ਗੋਲ ਗੁੱਲੀ ਦਰਵਾਜ਼ਾ ਦੇਖੇ ਛੋਟਾ ਰੱਖਿਆ ਹਾਂਜੀ 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 ਨੀਵਾਂ ਕੋਈ ਨੰਗੂਗਾ ਆਕੜ ਕੇ ਨੰਗੂਗਾ ਹਾਂ ਅਸੀਂ ਮੱਥਾ ਟੇਕ ਕੇ ਆਏ ਬਕਾਇਦਾ ਕੋਈ ਸਿਗਾ ਨਹੀਂ ਅਸੀਂ ਕੁੰਡੀ ਖੋਲੀ ਮੱਥਾ ਟੇਕਿਆ ਅਸੀਂ ਆ ਗਏ ਦੇ ਲਓ ਕਿਸੇ ਕੋਈ ਕਿਸੇ ਨੂੰ ਕੁੰਡਾ ਜਿੰਦਾ ਤਾਂ ਲੱਗਾ ਨਹੀਂ ਨਹੀਂ ਸਾਰਾ ਖੁੱਲਾ ਪਿਆ ਜੀ ਅੰਦਰ ਮੇਨ ਵੀ ਸਾਰਾ ਇੱਥੇ ਵੀ ਜਿਹੜੇ ਸੰਗਤ ਆਉਂਦੀ ਹੈ ਜਾਂ ਫੋਟੋ ਖਿੱਚਣ ਵਾਲੇ ਆਉਂਦੇ ਆ ਉਹ ਪਹਿਲੇ ਨੂੰ ਕਈ ਜਗ੍ਹਾ ਕਈ ਸਿੱਧੇ ਨਿਕਲ ਜਾਂਦੇ ਕਈ ਫਿਰ ਇੱਥੇ ਆਉਂਦੇ ਪੁੱਛਣ ਤੇ ਸਾਨੂੰ ਮਨਣ ਕਰਨ ਤੇ ਦਰਬਾਰ ਬੰਦ ਤਾਂ ਨਹੀਂ ਬਾਕੀ ਦੇ ਦਰਬਾਰ ਬੰਦ ਹੋਣਗੇ ਜਿਹੜੇ ਆਹ ਬਣ ਰਿਹਾ ਆ ਜਿਹੜਾ ਬਾਹਰ ਬਣ ਰਿਹਾ ਲੱਗਦਾ ਹੀ ਨਹੀਂ ਪਿਆ ਕਿ ਅਸੀਂ ਕਿਸੇ ਹੁਸ਼ਿਆਰਪੁਰ ਦੇ ਪਿੰਡ 'ਚ ਬੈਠੇ ਹਾਂ ਇੱਦਾਂ ਲੱਗਦਾ
400 साल पुरानी कही जाती है। ठीक है जी, ओही है जेड़ा हुण मंदिर बन गया वधिया तरीके नाल। हां दरबार बन गया, दरबार ओही है जेड़ा दरबार बन गया। ठीक है जी, ठीक है, ओही है। ਪਹਿਲਾਂ ਮੈਨੂੰ ਆ ਕੇ ਉਹੀ ਕਨਫਿਊਜ਼ਨ ਸੀਗੀ, ਮੈਂ ਕਿਹਾ ਇੱਕ ਬਾਰ ਵੀ ਹੈਗੇ ਆ, ਮੈਂ ਕਿਹਾ ਉਹ ਹੋਣੀਆਂ ਪੁਰਾਣੀਆਂ। ਨਹੀਂ ਨਹੀਂ ਨਹੀਂ, ਇਹ ਛੋਟੀ ਜਿਹੀ ਮਟੀ ਹੁੰਦੀ ਸੀ। ਠੀਕ ਹੈ ਜੀ, ਛੋਟੀ ਜਿਹੀ। ਇਹ ਤਾਂ ਜਦੋਂ ਫਿਰ ਪ੍ਰਗਟ ਹੋਏ ਨਾ ਬਾਬਾ ਜੀ, ਹਾਂ ਜਦੋਂ ਉਹਨਾਂ ਸਾਹਮਣੇ ਸਾਹਮਣੇ ਹੋ ਕੇ ਫਿਰ ਇਹਨਾਂ ਨਾਲ ਗੱਲਾਂ ਕੀਤੀਆਂ, ਤਾਂ ਉਹਦੇ ਫਿਰ ਜ਼ਿਆਦਾ ਇੱਥੇ ਕਿਤੇ ਦੁਨੀਆਂ ਦਾ ਪਤਾ ਥੋੜ੍ਹੀ ਲੱਗਦਾ ਸੀ, ਤਾਂ ਹੁਣ ਵੀ ਕਿਹੜਾ ਪਤਾ ਲੱਗਦਾ। ਸਹੀ ਗੱਲ ਹੈ, ਸਹੀ ਗੱਲ ਹੈ। ਇੱਥੇ ਜਿਹੜੇ ਕਹਿੰਦੇ ਘੁੰਮਦੇ, ਜਿਹੜੇ ਕਹਿੰਦੇ ਘੁੰਮਦੇ ਬਾਬੇ ਨਾ, ਉਹ ਆਣ ਕੇ ਮੱਥਾ ਟੇਕਦੇ ਆ। ਠੀਕ ਹੈ, लो जी दर्शन तुहानू कराते आ, बाबा जी ने सानू काफ़ी कुछ दस्या, बड़ा वधिया लग्या। ठीक है, तो जे ये ब्लॉग तुहानू वधिया लगा होवे तो चैनल नू लाइक करो, सबसक्राइब करो, शेयर करो, तो जिन्ना हो सके इनू सबसक्राइब भी करो। ठीक है जी, सबसक्राइबर घट है, तुसी सबसक्राइब करते हैं ना तो सानू मोटिवेशन मिलती है सबसक्राइब करन नाल। तो जे तुसी इदां ही साडे नाल जुड़ोगे तो असी होर वधिया तो वधिया ब्लॉग लियाण दी कोशिश करांगे। थैंक यू, धन्यवाद जी, मिलते हैं नैक्सट ब्लॉग 'च।